ਇਸ ਨੌਜਵਾਨ ਦੀ ਫੋਟੋ ਨੂੰ ਗੌਰ ਦੇ ਨਾਲ ਦੇਖੋ। ਇਸ ਨੂੰ ਕਿਡਨੈਪਰਾਂ ਦੇ ਵੱਲੋਂ ਕਿਡਨੈਪ ਕਰ ਲਿਆ ਗਿਆ ਹੈ। ਦੁਕਾਨ ਵਧਾ ਕੇ ਜਦੋਂ ਘਰ ਵਾਪਸ ਆ ਰਿਹਾ ਸੀ ਤਾਂ ਰਾਹ ਦੇ ਵਿੱਚ ਇਸ ਦੇ ਮਗਰ ਕੁਝ ਨੌਜਵਾਨ ਪੈ ਜਾਂਦੇ ਨੇ, ਤਾਂ ਇਹ ਭੱਜਦਾ ਹੋਇਆ ਆਪਣੇ ਭਰਾ ਨੂੰ ਫੋਨ ਲਗਾਉਂਦਾ ਹੈ ਤੇ ਕਹਿੰਦਾ ਕਿ ਮੈਨੂੰ ਬਚਾ ਲਓ, ਮੇਰੇ ਪਿੱਛੇ ਬੰਦੇ ਪਏ ਹੋਏ ਨੇ। ਬਸ ਉਸ ਤੋਂ ਬਾਅਦ ਫੋਨ ਵੀ ਸਵਿੱਚ ਆਫ ਆ ਰਿਹਾ ਹੈ ਤੇ ਨੌਜਵਾਨ ਦਾ ਵੀ ਕੋਈ ਪਤਾ ਨਹੀਂ ਹੈ। ਜਿਹੜਾ ਨੌਜਵਾਨ ਹੈ, ਇਸ ਦੀ ਬਾਈਕ ਨਹਿਰ ਦੇ ਕੰਢੇ ਤੇ ਮਿਲੀ ਹੈ, ਉਹ ਵੀ ਟੁੱਟੀ ਫੁੱਟੀ ਹਾਲਤ ਦੇ ਵਿੱਚ। ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੌਜਵਾਨ ਦੇ ਨਾਲ ਜਾਂ ਤਾਂ ਕੁਝ ਵੱਡਾ ਹੋ ਗਿਆ ਹੈ ਜਾਂ ਫਿਰ ਉਸ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਤਾਂ ਅਜਨਾਲਾ ਦੇ ਪਿੰਡ ਪੁੰਗਾ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ, ਜਿੱਥੇ ਦੇਰ ਰਾਤ ਦੁਕਾਨ ਬੰਦ ਕਰਕੇ ਇਹ ਸ਼ਖਸ, ਜੋ ਕਿ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ, ਇਸਦਾ ਨਾਮ ਗੁਰਵਿੰਦਰ ਸਿੰਘ ਹੈ, ਇਹ ਘਰ ਵਾਪਸ ਆ ਰਿਹਾ ਸੀ ਤਾਂ ਇਸਦੇ ਪਿੱਛੇ ਕੁਝ ਨੌਜਵਾਨ ਪੈ ਜਾਂਦੇ ਨੇ। ਹੁਣ ਇਹ ਨਹੀਂ ਪਤਾ ਕਿ ਪੁਰਾਣੀ ਰੰਜਿਸ਼ ਸੀ ਜਾਂ ਮਾਮਲਾ ਲੁੱਟਪਾਟ ਦਾ ਸੀ। ਤਾਂ ਕੁਝ ਨੌਜਵਾਨ ਇਸਦੇ ਮਗਰ ਭੱਜਦੇ ਨੇ ਅਤੇ ਸਮਝਦਾਰੀ ਦਿਖਾਉਂਦੇ ਹੋਏ ਇਹ ਨੌਜਵਾਨ ਆਪਣੇ ਵੱਡੇ ਭਰਾ ਨੂੰ ਫੋਨ ਕਰਕੇ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਬਚਾ ਲਓ, ਮੇਰੇ ਮਗਰ ਬੰਦੇ ਪਏ ਹੋਏ ਨੇ। ਜਿਸ ਤੋਂ ਬਾਅਦ ਇਸ ਨੌਜਵਾਨ ਦਾ ਫੋਨ ਸਵਿੱਚ ਆਫ ਹੋ ਜਾਂਦਾ ਹੈ ਅਤੇ ਹੁਣ ਤੱਕ ਇਹ ਨੌਜਵਾਨ ਆਪਣੇ ਘਰ ਨਹੀਂ ਪਰਤਿਆ। ਅਗਵਾ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਰਾਤ ਉਹਨਾਂ ਦੇ ਭਰਾ ਦਾ ਉਹਨਾਂ ਨੂੰ ਫੋਨ ਆਇਆ ਸੀ, ਜਿਸ ਤੋਂ ਬਾਅਦ ਉਹ ਸਿੱਧਾ ਥਾਣੇ ਪਹੁੰਚੇ। ਥਾਣੇ ਪਹੁੰਚ ਕੇ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਹੁਣ ਤਸਵੀਰਾਂ ਦੇ ਵਿੱਚ ਦਿਖ ਰਹੇ ਇਸ ਨੌਜਵਾਨ, ਜਿਸਦਾ ਨਾਮ ਗੁਰਵਿੰਦਰ ਸਿੰਘ ਹੈ, ਇਸ ਨੂੰ ਲੱਭਣ ਦੀ ਪੁਲਿਸ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ। ਪਰਿਵਾਰ ਦੁਆ ਕਰ ਰਿਹਾ ਕਿ ਉਹਨਾਂ ਦੇ ਘਰ ਦੇ ਜੀਅ ਦੇ ਨਾਲ ਕੁਝ ਹੋਇਆ ਨਾ ਹੋਵੇ, ਕੁਝ ਅਣਸੁਖਾਵੀ ਘਟਨਾ ਨਾ ਹੋਈ ਹੋਵੇ, ਦੁਆ ਕਰ ਰਹੇ ਨੇ। ਪਰ ਹੁਣ ਤੱਕ ਕੋਈ ਕਿਡਨੈਪਰਾਂ ਦਾ ਨਾ ਹੀ ਇਹਨਾਂ ਨੂੰ ਕੋਈ ਕਾਲ ਆਇਆ ਹੈ, ਕਿਸੇ ਨੇ ਫਰੌਤੀ ਮੰਗੀ ਹੈ। ਇਹ ਸਿਰਫ ਸ਼ੱਕ ਜਿਤਾਇਆ ਜਾ ਰਿਹਾ ਹੈ ਕਿ ਉਸਦਾ ਕਿਡਨੈਪ ਹੋ ਗਿਆ। ਆਓ ਪਰਿਵਾਰਕ ਮੈਂਬਰਾਂ ਤੋਂ ਹੀ ਜਾਣਦੇ ਹਾਂ ਕਿ ਆਖਿਰਕਾਰ ਉਹਨਾਂ ਦੇ ਭਰਾ ਦੇ ਨਾਲ ਕੀ ਹੋਇਆ। ਵੀਰ ਜੀ, ਕੀ ਨਾਮ, ਕੀ ਗੱਲਬਾਤ? ਵੀਰ ਜੀ, ਮੇਰਾ ਜਸਪਾਲ ਸਿੰਘ ਆ। ਮੇਰਾ ਬ੍ਰਦਰ ਦੁਕਾਨ ਬੰਦ ਕਰਕੇ ਪਿੰਡ ਨੂੰ ਆਉਂਦਿਆ ਸੀ, ਆਉਂਦਿਆਂ 8:26 'ਤੇ ਇਹਨੇ ਮੈਨੂੰ ਫੋਨ ਕੀਤਾ ਕਿ ਛੇਤੀ ਆ ਜਾਓ, ਪੁਲ 'ਤੇ ਮੈਨੂੰ ਬੰਦੇ ਪੈ ਕੇ ਬਚਾ ਲਓ। 8:29 'ਤੇ ਅਸੀਂ ਇੱਥੇ ਪਹੁੰਚ ਗਏ ਹਾਂ, ਜਾਂਦਿਆਂ ਨੂੰ ਇਕੱਲਾ ਮੋਟਰਸਾਈਕਲ ਹੀ ਇੱਥੇ ਹੈਗਾ ਸੀ ਅਤੇ ਆਪ ਨਹੀਂ ਉੱਥੇ ਹੈਗਾ। ਅਸੀਂ ਬਥੇਰਾ ਲਾਗੇ ਲੱਭਿਆ ਪਰ ਨਹੀਂ ਗੱਲ ਬਣੀ। ਤੇ ਰਵਿੰਦਰ ਸਿੰਘ ਸਾਡਾ ਛੋਟਾ ਵੀਰ ਹੈ ਤੇ ਪੂੰਗੀ ਡੇਰੀ ਸਾਡੀ ਗਈ ਤੇ ਪੂੰਗਿਆਂ ਤੋਂ ਭਾਜੀ 8:15 ਦੇ ਬੰਦ ਕਰਕੇ ਆਉਂਦੇ ਨੇ ਤੇ ਪੁਲ ਤੇ ਨਜ਼ਦੀਕੀ ਰਹਿ ਗਏ 1 ਕਿਲੋਮੀਟਰ ਪਿੰਡ ਤੋਂ ਦੂਰ ਤੇ ਉਹਨਾਂ ਨੂੰ ਉੱਥੇ ਬੰਦੇ ਪੈ ਗਏ। ਛੋਟੇ ਵੀਰ ਨੂੰ ਉਹਨਾਂ ਨੇ ਫੋਨ ਕੀਤਾ ਵੀ ਮੈਨੂੰ ਬੰਦੇ ਪੈ ਗਏ ਨੇ ਤੇ ਆਓ ਮੇਰੇ ਮਗਰ। ਜਦੋਂ ਅਸੀਂ ਉੱਥੇ ਗਏ ਹਾਂ 64 ਮਿੰਟਾਂ ਬਾਅਦ ਉੱਥੇ ਭਾਜੀ ਮੋਟਰਸਾਈਕਲ ਹੀ ਆ ਤੇ ਸਾਡੇ ਵੀਰ ਜੀ ਨਹੀਂ ਉੱਥੇ ਹੈਗੇ ਤੇ ਸ਼ੀਲਡਾ ਮੋਟਰਸਾਈਕਲ ਦੀਆਂ ਟੁੱਟੀਆਂ ਦਾ ਮੋਟਰਸਾਈਕਲ ਸਾਈਡ 'ਤੇ ਲੱਗਾ ਹੈ ਤੇ ਰਾਤ ਦੇ ਮਤਲਬ ਹੋਏ ਨੇ ਗਵਾਹ। ਮਤਲਬ ਇਹ ਨਹੀਂ ਪਤਾ ਲੱਗਣ ਦਿਆ ਵੀ ਜਾਂ ਕਿਸੇ ਬੰਨੇ ਕੋਈ ਲੁੱਟ ਖੋਹ ਵਾਲੇ ਨੇ ਖੜਿਆ ਹੈ ਅਤੇ ਜਾਂ ਉਹਨਾਂ ਨੂੰ ਕਿਸੇ ਨੇ ਵੀ ਮਾਰਨ ਵਾਸਤੇ ਖੜਿਆ ਜੀ। ਹਾਂਜੀ, ਪਹਿਲਾਂ ਕੋਈ ਕਿਸੇ ਨਾਲ ਰੰਜਿਸ਼ ਕਿਸੇ ਤਰ੍ਹਾਂ ਦੀ? ਨਹੀਂ ਭਾਜੀ, ਕੋਈ ਰੰਜਿਸ਼ ਨਹੀਂ ਹੈਗੀ, ਬਿਲਕੁਲ ਭਲੇ ਮਾਨਸ ਨੇ ਸਾਡੇ ਵੀਰ ਜੀ। ਕੋਈ ਸਾਡਾ ਕਿਸੇ ਨਾਲ ਕੋਈ ਲੈਣਾ ਕੋਈ ਦੇਣਾ ਨਹੀਂ, ਕੋਈ ਪੈਸੇ ਧੇਲੇ ਦਾ ਨਹੀਂ, ਕੋਈ ਸਾਡਾ ਵੈਰ ਵਿਰੋਧ ਨਹੀਂ ਹੈਗਾ ਜੀ। ਹਾਂਜੀ ਹਾਂਜੀ। ਅੱਛਾ, ਮੋਟਰਸਾਈਕਲ ਟੁੱਟਾ ਸੀ? ਮੋਟਰਸਾਈਕਲ ਹਾਂਜੀ ਟੁੱਟਾ ਜੀ ਥੋੜ੍ਹਾ ਜਿਹਾ। ਕੀ ਲੱਗਦਾ ਕਿ ਡਿੱਗ ਕੇ ਟੁੱਟਾ ਜਾਂ ਤੋੜ ਭੰਨ ਕੀਤੀ? ਕਿਸੇ ਨੇ ਤੋੜ ਭੰਨ ਨਹੀਂ ਕੀਤੀ, ਜਿੱਦਾਂ ਕਿ ਇਹਨੇ ਚੱਲਦੇ ਮੋਟਰਸਾਈਕਲ 'ਤੇ ਉਹਨੂੰ ਕੋਈ ਡਾਂਗਾ ਡੂੰਗਾ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਆ ਅਤੇ ਫਿਰ ਉਹ 'ਤੇ ਬਾਅਦ ਉਹਦੇ 'ਤੇ ਅਟੈਕ ਕੀਤਾ ਜੀ। ਪੁਲਿਸ ਕੰਪਲੇਂਟ ਕਰਤੀ ਤੁਸੀਂ ਥਾਣੇ? ਹਾਂਜੀ ਕੀਤੀ ਹੈ ਜੀ।
ਪਾਰਟੀ ਰਾਤ ਨੂੰ ਆ ਗਈ ਸੀ ਸਾਡੇ ਕੋਲ, ਜਦੋਂ ਇਹਨਾਂ ਨੂੰ ਕਾਲ ਕੀਤੀ ਉਸੇ ਵੇਲੇ ਆ ਗਈ ਰਾਤ ਹੀ ਆ ਗਈ ਜੀ। ਕੀ ਮੰਗ ਕਰਦੇ? ਮੰਗ ਅਸੀਂ ਭਾਜੀ ਆਪਣੇ ਇਨਸਾਫ ਦੀ ਕਰਦੇ ਹਾਂ ਜੀ, ਦੋ ਉਹਨਾਂ ਦੇ ਬੱਚੇ ਨੇ, ਬੇਟੇ ਦੋ ਉਹਨਾਂ ਦੀ, ਹਾਂਜੀ, ਅਸੀਂ ਇਹ ਚਾਹੁੰਦੇ ਹਾਂ ਵੀ ਚੱਲ ਉਹਨੂੰ ਆਪਣੇ ਜਿੱਥੇ ਵੀ ਕਿਤੇ ਹੈਗਾ ਹੈ, ਚਲੋ ਸਾਡੇ ਨਾਲ ਮਹਿਕਮਾ ਫੁੱਲ ਤੋਂ ਫੁੱਲ ਸਾਡੀ ਮਦਦ ਕਰੇ ਅਤੇ ਉਹਨਾਂ ਨੂੰ ਲੱਭਣ ਦੀ ਆਪਾਂ ਕੋਸ਼ਿਸ਼ ਕਰੀਏ ਜੀ।